ਹੋਰ ਸੁਣਾਓ, ਖੈਰ ਆ? ਅੱਛਾ ਅੱਛਾ, ਕਿਆ ਕਿਆ ਬਾਤ ਹੈ, ਠੀਕ ਆ? ਇਹ ਦੇਖਿਆ, ਇਹ ਮੁਰਗੀਆਂ ਦੀ ਖੁਰਾਕ ਹੈ, ਇਹ ਕੀੜੇ ਹੋਤੇ ਹੈ ਜ਼ਿੰਦਾ। ਦੋਸਤੋ, ਇਹ ਹੈ ਹਮਾਰਾ ਹੋਮ ਮੇਡ ਕੁਲਫਾ। ਜੀ ਦੋਸਤੋ, ਸ਼ੁਰੂ ਕਰਤੇ ਆਜ ਕਾ ਵਲੌਗ, ਔਰ ਆਜ ਕਾ ਵਲੌਗ ਮੈਂ ਆਪਕੋ ਦਿਖਾਨੇ ਜਾ ਰਹਾ ਹੂੰ ਗੰਦਮ ਕੀ ਕਟਾਈ, ਜਿਸੇ ਵਾਢੀ ਕਹਤੇ ਹੈਂ। ਪੂਰੇ ਮੁਲਕ ਮੇਂ ਇਸ ਟਾਈਮ ਵਾਢੀ ਜੋ ਹੈ ਵੋ ਆਪਣੇ ਜੋਸ਼ੋ ਖਰੋਸ਼ ਸੇ ਵਾਢੀ ਜਾਰੀ ਹੈ। ਵਾਢੀਆਂ ਹੋ ਰਹੀ ਹੈ ਪੂਰੇ ਮੁਲਕ ਮੇਂ, ਔਰ ਇਹ ਹਮਾਰੀ ਆ ਗਈ ਹੈ ਖੇਤ ਹਮਾਰੇ, ਇਹ ਦੇਖੇ ਹਮਾਰੀ ਵਾਢੀ ਹੋ ਰਹੀ ਹੈ, ਵੋ ਦੇਖੇ ਸਾਹਮਣੇ ਵੋ ਕਰ ਰਹੇ ਹੈ। ਅਭੀ ਮੈਂ ਆਪਕੋ ਦਿਖਾਤਾ ਹੂੰ ਜਾ ਕੇ ਯਹਾਂ ਪੇ ਕਹੀਂ ਥੋੜ੍ਹੀ ਸੀ, ਅਗਰ ਮੁਝੇ ਛਾਂ ਮਿਲ ਜਾਏ ਨਾ ਤੋ ਗਾੜੀ ਮੈਂ ਇੱਧਰ ਛਾਂ ਮੇ ਲਗਾ ਲੂੰ, ਵਰਨਾ ਗਾੜੀ ਮੇਰਾ ਖਿਆਲ ਮੈਂ ਸਟਾਰਟ ਹੀ ਰਹਿੰਦੂ, ਵਰਨਾ ਇਹ ਬੜੀ ਗਰਮ ਹੋ ਜਾਏਗੀ। ਅਭੀ ਮੈਂ ਆਪਕੋ ਦਿਖਾਤਾ ਹੂੰ ਜੋ ਵਾਢੀਆਂ ਕਰ ਰਹੇ ਹੈ, ਇਹ ਦੇਖੇ ਇਹ ਹੋਈ ਪੜੀ ਹੈ ਵਾਢੀ ਸਾਰੀ, ਇਹ ਇੱਧਰ ਹੋਈ ਪੜੀ ਹੈ। ਉੱਧਰ ਮੈਂ ਉਸ ਦਿਨ ਜੋ ਲਗਾਏ ਥੇ ਪੌਦੇ ਵੋ ਵੀ ਆਪਕੋ ਦਿਖਾਤਾ ਹੂੰ। ਇਹ ਦੇਖੇ ਇਹ ਜੋ ਹੈ ਇਹ ਹੋ ਗਈਆਂ ਭਰੀਆਂ, ਇੱਧਰ ਇਹ ਸਾਰੀ ਹੋ ਗਈ ਹੈ, ਇਹ ਵੋ ਸਾਹਮਣੇ ਤੱਕ। ਪੂਰੇ ਮੁਲਕ ਮੇਂ ਇਸ ਟਾਈਮ ਵਾਢੀਓ ਕਾ ਪੂਰੇ, ਇਹ ਉਸ ਦਿਨ ਪੌਦੇ ਲਗਾਏ ਥੇ, ਅਭੀ ਫਿਲਹਾਲ ਤੋ ਚਲੇ ਨਹੀਂ ਹੈ, ਅਭੀ ਚਲ ਜਾਏਂਗੇ। ਹਾਂਜੀ ਸੁਣਾਓ ਜੀ, ਐਰਕੀ ਤਾਂ ਮੈਂ ਕਿਹਾ ਠੰਡ ਜੀ ਵਾਢੀਆਂ ਹੋ ਰਹੀਆਂ ਵਾ। ਇਹ ਜੋਕ ਥਾ, ਇਹ ਬਸ ਮੈਂ ਵਿਖਾ ਰਿਹਾ ਵਾਂ ਕਿ ਵਾਢੀ ਕਿੱਦਾਂ ਕਰੀ ਦੀ ਹੈ। ਇਹ ਦੇਖੇ ਇਹ ਕਾਕਾ ਸਾਹਿਬ ਵਾਢੀ ਕਰ ਰਹੇ ਹੈ, ਵੇਖੋ ਸਪੀਡ ਦਾ ਰਹਾ ਹੈ, ਬੱਲੇ ਬੱਲੇ ਕਿਆ ਬਾਤ ਹੈ। ਉਹ ਨਵੀਦ ਸਾਹਿਬ ਬੈਠੇ ਵਾਢੀ ਕਰ ਰਹੇ ਹੈ, ਉਹ ਮੁਸਤਫਾ ਵਾ, ਬੜੀ ਗੱਲ ਆਈ ਮੁਸਤਫਾ ਸਾਹਿਬ। ਹੋਰ ਸੁਣਾਓ, ਖੈਰ ਆ? ਅੱਛਾ ਅੱਛਾ, ਤੇ ਕਿੰਨੀਆਂ ਭਰੀਆਂ ਹੋਈਆਂ ਵਾਢੀਆਂ ਵਾ, ਹੈ ਨਵੀਦ? ਅੱਛਾ ਅੱਛਾ ਅੱਛਾ, ਉਹ ਮੈਂ ਮੇਰਾ ਖਿਆਲ ਆ ਵੀ ਸੋਕੀ ਨੀ ਗਈ ਆ ਵੀ ਸਾਰੀ, ਹੈਂ? ਤੇ ਕਿੱਦਣ ਲਵਾਉਣੀ ਆ ਫਿਰ? ਪਰਸੋਂ? ਚਲੋ ਠੀਕ, ਵੈਰੀ ਗੁੱਡ। ਇਹ ਦੇਖੇ ਜੀ ਕਿਆ ਬਾਤ ਹੈ, ਇਹ ਦੇਖੇ ਜਰਾ ਮੁਸਤਫਾ ਸਾਹਿਬ ਕਰ ਰਹੇ ਵਾਢੀ, ਕਰੋ ਜਰਾ ਬੱਲੇ 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 ਬੱਲੇ, ਇਹ ਐਸੇ ਹੋਤੀ ਹੈ ਵਾਢੀ। ਦੋਸਤੋ, ਇਹ ਜੋ ਹਮਾਰਾ ਪੰਜਾਬ ਹੈ ਨਾ, ਇਹ ਸ਼ੁਰੂ ਸੇ ਬੜਾ ਅਮੀਰ ਖਿੱਤਾ ਥਾ। ਅੱਛਾ, ਉਸ ਕੀ ਵਜ੍ਹਾ ਇਹ ਸੀ, ਇਹ ਜੋ ਆਪ ਦੇਖ ਰਹੇ ਜੀ, ਇਹ ਫਸਲਾਂ ਹੀ ਸੀਗੀਆਂ ਜਿਨ੍ਹਾਂ ਨੇ ਇਹਨੂੰ ਅਮੀਰ ਰੱਖਿਆ, ਤੇ ਆਹ ਫਸਲਾਂ ਹੁੰਦੀਆਂ ਜਿਹੜੀ ਕਿਸਾਨ ਦੀ ਜਾਨ ਆ ਤੇ ਸਾਡੀ ਵੀ ਜਾਨ ਆ। ਹਾਏ ਹਾਏ, ਅਸੀਂ ਵੀ ਹੈਗੇ ਤੇ ਕਿਸਾਨ ਹੀ ਆ ਨਾ। ਲਓ ਜੀ, ਆਹ ਅੱਲਾ ਖੈਰ ਕਰੇ, ਇਹ ਮੈਂ ਲੱਗ ਜੂ ਦੋਵਾਂ ਦਿਨਾਂ ਬੰਨੇ। ਦੋਸਤੋ, ਇਹ ਸਾਥ ਹਮਾਰੇ ਜੋ ਮੱਝੇ ਜੋ ਹੈ ਨਾ, ਜਿਨਕਾ ਦੁੱਧ ਪੀਤੇ ਹੈ, ਇਹ ਉਨਕੇ ਲਈ ਉਨਕੀ ਪੱਠੇ ਹੈ, ਇਹ ਜੋ ਖਾਤੇ ਹੈ ਵੋ। ਅੱਛਾ ਨਵੀਰ, ਹੁਣ ਪਾਣੀ ਮਾੜਾ ਜਿਹਾ ਯਾਰ ਆ ਪੌਦਿਆਂ ਨੂੰ ਨਾ ਮੇਰਾ ਭਰਾ, ਮੈਂ ਸਾਰਿਆਂ ਨੂੰ ਲੰਘਦਾ ਕਹਿੰਦਾ ਰਹਿੰਦਾ ਵਾ, ਇਹਨਾਂ ਨੂੰ ਪਾਣੀ ਪਾਉਣਾ ਤੇ ਤੁਰਨੇ ਆ। ਹਾਂ ਵਾ, ਪਾਣੀ ਇਹਨਾਂ ਨੂੰ ਆ ਸ਼ੁਰੂ ਸ਼ੁਰੂ ਜੀ ਲੋੜ ਹੁੰਦੀ ਆ, ਤੁਰ ਪਏ ਫਿਰ ਤੇ ਕੋਈ ਨੀ, ਫਿਰ ਆ ਪਾਣੀ ਜਦੋਂ ਇਹਨਾਂ ਨੂੰ ਲੱਗਿਆ ਕਰਨਾ ਪੈਲੀਆਂ ਨੂੰ, ਆਪੇ ਹੀ ਇਹਨਾਂ ਨੇ ਵਿੱਚੋਂ ਖਿੱਚ ਲਿਆ, ਫਿਰ ਠੀਕ ਹੀ ਠੀਕ ਆ। ਆਹ ਦੋਸਤੋ, ਮੈਂ ਲੱਗਾ ਜੇ ਕਰਨ ਵਾਢੀ ਹੁਣ, ਲਿਆ ਬੇਟਾ ਤੁਮਸੇ ਨਾ ਹੋ ਪਾਏਗਾ। ਕਿਆ ਕਿਆ ਬਾਤ ਹੈ, ਠੀਕ ਆ?
बल्ले 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 ਅਸੀਂ ਆਏ ਆ ਸਾਨੂੰ ਆਇਆ ਅੱਧਾ ਘੰਟਾ ਹੋਇਆ ਵਾ ਹੁਣ ਆਇਆ ਅੱਲਾ ਖੈਰ ਕਰਿਆ ਹੋ ਤੁਸੀਂ ਖੈਰ ਨਾ ਲੈ ਇਹ ਟਾਈਮ ਨਹੀਂ ਲੱਗਾ ਥੋੜਾ ਜਿਹਾ ਅੱਛਾ ਇਹ ਆ ਕਿ ਹੁਣ ਅਸੀਂ ਨਬੇੜਨਾ ਆਇਆ ਇਨਸ਼ਾਅੱਲਾ ਕੱਲ ਤੱਕ ਇਹਦਾ ਕੰਮ ਨਬੇੜ ਕੇ ਬੰਨ ਦੇਣੀ ਲੈ ਜੋ ਭਾਈ ਦੀ ਬੰਦੀ ਬਣਾ ਲੈ ਗੱਲ ਇਹ ਆ ਵੀ ਹੈ ਕਿ ਤਾਂ ਸੋ ਠੰਡ ਕੀ ਵਾਢੀਆਂ ਆ ਹੈ ਸਹੀ ਆ ਰਹੀ ਆ ਬਹੁਤ ਆ ਮੈਂ ਕਹਿੰਦਾ ਆ ਜਾ ਹੁਣ ਚੱਲ ਲਓ ਜੀ ਅਸੀਂ ਕਰ ਲਈ ਵਾਢੀ ਹੁਣ ਨਵੀਦ ਜਾਣੇ ਤੇ ਇਹ ਜਾਣਨ ਵਾਢੀ ਕਰੋ ਇਹ ਕੱਲ੍ਹ ਤੱਕ ਇਨਸ਼ਾ ਲੱਗ ਜੂਗੀ ਬੰਨੇ ਸਾਡੀ ਵਾਢੀ ਅਤੇ ਫਿਰ ਉਸਕੇ ਬਾਅਦ ਫਿਰ ਇਸਕਾ ਪ੍ਰੋਸੈਸ ਆਤਾ ਦੋਸਤੋ ਮਸ਼ੀਨ ਲਗੇਗੀ ਗੰਦਮ ਮੇ ਸੇ ਦਾਣੇ ਨਿਕਲੇਂਗੇ ਫਿਰ ਉਸਕੀ ਵੀਡੀਓ ਬਣਾਏਗੇ ਹਮ ਤੁਮਕਾ ਮਾਫੀ ਦੇ ਦੋ ਜੇ ਦੇਖਣੀ ਤਾਂ ਉਹ ਸਾਹਮਣੇ ਪਈ ਚੱਲਣ ਦੀ ਨਹੀਂ ਨਹੀਂ ਆਪਣੀ ਆਪਣੀ ਲਾਵਾਂਗੇ ਜਦੋਂ ਉਦੋਂ ਵੇਖਾਂਗੇ ये देखे ये इधर सारी काट के रखी हुई है इसकी अभी परियां बनाएंगे जैसे वो परियां बनाई हुई है मैं आपको एक और चीज़ दिखाता हूँ जब लोग वाडियां करने आते हैं ना साथ ही अपना खाने पीने का लस्सी वस्सी पीने के लिए वो देखेंगे इस तरह लेके आते हैं इस तरह छाँव में बैठ के खाना खाते हैं इधर ही और ऐसे ही फिर यहाँ पर वाडी करते हैं तो अभी ये सारी परियां बन गई हैं ये वाली और ये सिर्फ ये एक रह गई थी ये वाला किला एक ना तो इसके बाद इंशाल्लाह ये इसको फिर गाएंगे गाना कहते हैं उसको मशीन जो थ्रेशर होती है ना वो लगती है वो सारे फिर ये उस दिन जो पौधे लगा गए थे ये अंजीर तो रहा है पहले दावा दोस्तों गर्मी हूँ वैसे ना हो गई शुरू चंगी तो मेरा ख्याल है कि हूँ असी जरा ना अब वो मैं चलता हूँ गाँव वहाँ पर मुझे एक दो काम है अभी बस देखने आया था कि क्या सिस्टम चल रहा है यहाँ पे तो चले फिर हम चलते हैं ये देखें कैसा सीन है हर तरफ ये जो है ना इस टाइम पंजाब में वाडियों का सीज़न है सीज़न में दोस्तों जितना जो होता है ना यहाँ पे काम तकरीबन रुक जाते हैं यहाँ पे उसकी वजह ये है कि मुलाजम तबका जितना भी होता है ना पंजाब में वो वाडियों पर निकल जाता है क्योंकि उनके पूरे साल के जो है ना वो दाने बन जाते हैं एक किले के जो है ना वो 4.5-5 मन दाने दिए जाते हैं वाडियां करने वाले को तो वो दो दो चार चार किले करते हैं पूरे साल के अपने दाने बना लेते हैं खेई वो अपने बंदे लगे हुए हैं ये अपनी पहलियाँ हैं ये साथ साथ खाला जा रहा है ये रोड ये सामने गाँव की तरफ वो सामने गाँव है और ये इधर दोस्तों पट्ठे बीज दिए हैं ये वाले जो है ना जानवरों के लिए ये देखें ये ताज़ा ताज़ा जो है ना ये कल शाम को बीजे हैं ये वाले पट्ठे इधर अब चरी होगी ओए बा इन्हू मैं करा ओए वो तो बाहर निकल बेच का तुरा फिर ये बड़ी अच्छी बात कही आप मुर्गियां दे प्रोटीन यार ये सारे कीड़े जिंदा ने कि मुर्दा ने ये इन्होंने यार रखते थे धोते तो मर गए आ जड़े आ जिंदा भी आ अली पर सही है ये देखें ये मुर्गियों की खुराक है ये कीड़े होते हैं जिंदा ये उनके लिए प्रोटीन ऐसे ही है मौसम भाई हाँ जी ओहो उठा लो भाई इसे फिर यहाँ से दोस्तों ये है हमारा होम मेड कुल्फा ये खोए से बनाया गया है और बड़ा लजीज लग रहा है मुझे अब इसको खा के देखते हैं कैसे Mmm.
बहुत मज़ेदार। अभी घर पे तैयार किया है ये, बहुत मज़े का है। इसकी रेसिपी मैं आपको बता सकता हूँ, फिर कभी बताऊँगा। दोस्तों आज का व्लॉग बड़ा अच्छा व्लॉग था हमारा, जिसे वाडी व्लॉग मैं कह रहा था। वाडी बेसिकली पंजाबी का लफ्ज़ है, इसे गंदम की कटाई को कहते हैं पंजाबी में वाडी। तो आप सब ने देखा वाडी कैसे की जाती है, गंदम की कटाई कैसे की जाती है। मैं अब आ चुका हूँ घर और मैं करने लगा हूँ रेस्ट। आपसे मुलाकात होगी कल। बाय बाय।